ਬਿਲਕੁਲ ਗੌਰਵ, ਮੈਂ ਇਸ ਸਮੇਂ ਇਸਕੋਨ ਮੰਦਿਰ ਸੈਕਟਰ 36 ਮੌਜੂਦ ਹਾਂ ਔਰ ਤੁਸੀਂ ਤਸਵੀਰਾਂ ਦੇਖੋ ਕਿ ਦੁੱਧ ਦੇ ਨਾਲ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦਾ ਜਿਹੜਾ ਹੈ ਉਹਨੂੰ ਨਹਿਲਾਇਆ ਜਾ ਰਿਹਾ। ਤਸਵੀਰਾਂ ਇਸਕੋਨ ਮੰਦਿਰ ਦੀਆਂ, ਭੀੜ ਵੀ ਦਿਖਾਵਾਂਗੇ, ਪਹਿਲਾਂ ਤਸਵੀਰਾਂ ਦੇਖੋ ਕਿ ਜਿਸ ਭਗਤੀ ਦੇ ਭਾਵ ਦੀ ਗੱਲ ਆਪਾਂ ਕਰਦੇ ਹਾਂ, ਜਨਮ ਜਨਮਾਸ਼ਟਮੀ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਜਨਮ, ਯਾਨੀ ਕਿ ਉਹ ਇੱਕ ਪਲ ਹੈ ਔਰ ਇੱਥੇ ਲਗਾਤਾਰ ਕਿਉਂਕਿ ਆਵਾਜ਼ ਤੇਜ਼ ਮਿਊਜ਼ਿਕ ਵੀ ਹੈ, ਨਾਲ ਨਾਲ ਭਗਤ ਹਰੇ ਰਾਮਾ ਹਰੇ ਕ੍ਰਿਸ਼ਨ ਦਾ ਵੀ ਲਗਾਤਾਰ ਜਿਹੜਾ ਉਹ ਭਜਨ ਕੀਰਤਨ ਚੱਲ ਰਿਹਾ। ਔਰ ਇਹ ਹੈਗੀ ਇਸਕੋਨ ਮੰਦਿਰ ਦੀ ਤਸਵੀਰਾਂ ਜਿੱਥੇ ਸ਼ਰਧਾਲੂ ਦੁੱਧ ਚੜਾ ਰਹੇ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ, ਰਾਧਾ ਨੂੰ, ਸਜਾਵਟ ਰੱਖੀ ਹੋਈ ਆ ਮੂਰਤੀਆਂ ਦੇ। ਉਮਰ ਕੋਈ ਹੋ ਨਹੀਂ ਕਿ ਵਿਰਧਾ ਦੇਖੋਗੇ, ਜਿਹੜੇ ਵਿਰਧ ਨੇ ਉਹ ਵੀ ਮੈਂ ਕਹਾਂਗਾ ਇੱਕ ਵਾਰ ਜ਼ੂਮ ਕਰਕੇ ਦਿਖਾਣਗੇ, ਜਿਹੜੇ ਉਮਰ ਜਿਹੜੀ ਹੈਗੀ ਉਹ ਭਗਤੀ ਨਹੀਂ ਦੇਖਦੀ, ਉਹ ਭਾਵ ਨਹੀਂ ਦੇਖਦੀ, ਸ਼ਰਧਾ ਦੇਖਦੀ ਹੈ। ਇਹ ਜਿਹੜੇ ਮਾਤਾ ਜੀ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਉਮਰ ਘੱਟ ਤੋਂ ਘੱਟ 80-70 ਸਾਲ ਹੋਣੀ 80 ਦੇ ਕਰੀਬ, ਲੇਕਿਨ ਚਿਹਰੇ ਤੇ ਸ਼ਰਧਾ ਔਰ ਇੱਕ ਸਕੂਨ ਹੈ ਕਿ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਹੈ ਔਰ ਦਰਸ਼ਨ ਕਰਕੇ ਔਰ ਉਹਨਾਂ ਦੇ ਉੱਤੇ ਦੁੱਧ ਸ਼ੰਖ ਦੇ ਰਾਹੀਂ ਦੁੱਧ ਹੈ ਉਹ ਚੜਾਇਆ ਜਾ ਰਿਹਾ ਹੈ। ਤਾਂ ਇਹ ਪੂਰਾ ਮਾਹੌਲ ਹੈ ਜਿਹੜਾ ਭਗਤੀ ਦਾ, ਉਹ ਜ਼ਰੂਰ ਤਸਵੀਰਾਂ ਰਾਹੀਂ ਕੈਦ ਹੋ ਰਿਹਾ ਔਰ ਭਗਤਾਂ ਦੀ ਭੀੜ ਵੀ ਤੁਹਾਨੂੰ ਦਿਖਾਵਾਂਗੇ। ਇੱਕ ਵਾਰ ਮੈਂ ਕਹਾਂਗਾ ਆਪਣੇ ਵੀਡੀਓ ਜਰਨਲਿਸਟ ਵਿਨੋਦ ਜੀ ਨੂੰ, ਇੱਕ ਵਾਰ ਜਰਾ ਕੈਮਰਾ ਮੁੜ ਕੇ ਦਿਖਾਓ ਕਿ ਕਾਫੀ ਜਿਹੜੀ ਤਾਦਾਦ ਵਿੱਚ ਭਗਤ ਇੱਥੇ ਮੌਜੂਦ ਨੇ। ਪਿੱਛੇ ਜਰਾ ਕੈਮਰਾ ਇੱਕ ਵਾਰ ਦਿਖਾ ਦਿਓ ਕਿ ਭੀੜ ਵੀ ਦਿਖਾ ਦਈਏ ਕਿ ਤੁਸੀਂ ਦੇਖੋ ਕਿ ਪੰਡਾਲ ਸਜਾਇਆ ਹੋਇਆ ਟੈਂਟ, ਬਹੁਤ ਵੱਡਾ ਟੈਂਟ ਹੈ ਗੌਰਵ, ਔਰ ਕਾਫੀ ਤਾਦਾਦ ਇੱਥੇ ਭਗਤਾਂ ਦੀ, ਜਿੰਨੀ ਭਗਤ ਅੰਦਰ ਨੇ ਉਸ ਤੋਂ ਡਬਲ ਬਾਹਰ ਜਿਹੜੇ ਭਗਤ ਨੇ ਉਹ ਖੜੇ ਨੇ, ਲਾਈਨਾਂ ਵਿੱਚ ਖੜੇ ਨੇ। ਕਾਫੀ ਲੰਬੀ ਲੰਬੀ ਲਾਈਨ ਹੈ ਇਸਕੋਨ ਮੰਦਿਰ 36 ਦੀ। ਔਰ ਕਾਫੀ ਜੇ ਆਪਾਂ ਗੱਲ ਕਰੀਏ ਤਾਂ ਯੂ ਥੋੜੀ ਦੇਰ ਪਹਿਲਾਂ ਹੀ ਚੰਡੀਗੜ੍ਹ ਦੇ ਐਡਵਾਈਜ਼ਰ ਰਾਜੀਵ ਵਰਮਾ ਹੋ ਕੇ ਗਏ ਨੇ ਔਰ ਬੀਜੇਪੀ ਦੀ ਟਿਕਟ ਤੋਂ ਲੜ ਚੁੱਕੇ ਨੇ ਸੰਜੇ ਟੰਡਨ, ਉਹ ਆ ਕੇ ਗਏ ਨੇ। ਹੋਰ ਵੀ ਭਗਤ ਜਿਹੜੇ ਆਮ ਭਗਤ ਨੇ, ਖਾਸ ਨੇ, ਸਭ ਇਸ ਟਾਈਮ ਇੱਕ ਭਗਤ ਬਣ ਕੇ ਆਏ ਹੋਏ ਨੇ ਔਰ ਉਹੀ ਮਾਹੌਲ ਇੱਥੇ ਨਜ਼ਰ ਆ ਰਿਹਾ ਕਰੋ ਤਸਵੀਰਾਂ 'ਚ। ਭੀੜ ਤੁਸੀਂ ਦੇਖ ਰਹੇ ਹੋਣੇ, ਇਸ ਤੋਂ ਜ਼ਿਆਦਾ ਭੀੜ ਬਾਹਰ ਇੰਤਜ਼ਾਰ ਕਰ ਰਹੀ ਹੈ, ਕਾਫੀ ਲੰਬੀ ਲੰਬੀ ਲਾਈਨਾਂ ਨੇ ਬਾਹਰ। ਔਰ ਤੁਸੀਂ ਪੰਡਾਲ ਭਰਿਆ ਹੋਇਆ ਦੇਖੋ, ਹਰੇ ਰਾਮਾ ਹਰੇ ਕ੍ਰਿਸ਼ਨ ਦਾ ਭਜਨ ਕਰਦਾ ਹੋਇਆ, ਮੈਂ ਤਸਵੀਰਾਂ ਵੀ ਦਿਖਾਵਾਂਗਾ ਇੱਕ ਵਾਰ, ਛੋਟੇ ਜਿਹੇ ਬੱਚੇ ਦੀ ਤਸਵੀਰ ਦੇਖੋ ਕਿਵੇਂ ਬਾਰੀ ਦਾ ਇੰਤਜ਼ਾਰ ਕਰ ਰਿਹਾ। ਅਤੇ ਇਹ ਜਿਹੜੇ ਤੁਸੀਂ ਦੇਖੋਗੇ ਛੋਟਾ ਜਿਹਾ ਜਿਹੜਾ ਇੰਡੀਆ ਹੈ ਉਹ ਵੀ ਤਸਵੀਰ ਜਿਹੜੀ ਹੈ ਉਹ Yeah.